ਗੱਲ ਕਰਾਂਗੇ ਰਿਐਲਿਟੀ ਸ਼ੋ ਬਿਗ ਬੌਸ 13 ਦੀ। ਬਿਗ ਬੌਸ ਦੇ ਘਰ ਵਿੱਚ ਜਿੱਥੇ ਇੱਕ ਪਾਸੇ ਦੇਖਣ ਨੂੰ ਮਿਲ ਰਹੀ ਸੀ ਕੰਟਰੋਵਰਸੀਜ਼ ਲੜਾਈਆਂ, ਉੱਥੇ ਹੀ ਦੂਸਰੇ ਪਾਸੇ ਕੱਲ ਦੇਖਣ ਨੂੰ ਮਿਲਿਆ ਘਰ ਦੇ ਵਿੱਚ ਰੋਮਾਂਟਿਕ ਐਂਗਲ। ਘਰ ਦੇ ਵਿੱਚ ਸਿਧਾਰਥ, ਰਸ਼ਮੀ, ਮਾਹਿਰਾ ਔਰ ਵਿਸ਼ਾਲ ਦੀ ਕੈਮਿਸਟਰੀ ਨੂੰ ਦਿਖਾਇਆ ਗਿਆ। ਦਰਅਸਲ ਬਿਗ ਬੌਸ ਨੇ ਦਿੱਤਾ ਸੀ ਘਰ ਵਾਲਿਆਂ ਨੂੰ ਇੱਕ ਟਾਸਕ, ਜਿਸ ਦੌਰਾਨ ਸ਼ਹਿਨਾਜ਼ ਬਣੀ ਸੀ ਰਸ਼ਮੀ ਔਰ ਸਿਧਾਰਥ ਸ਼ੁਕਲਾ ਦੀ ਵੀਡੀਓ ਡਾਇਰੈਕਟਰ, ਔਰ ਪਾਰਸ ਬਣਿਆ ਸੀ ਮਾਹਿਰਾ ਔਰ ਵਿਸ਼ਾਲ ਦਾ ਵੀਡੀਓ ਡਾਇਰੈਕਟਰ, ਔਰ ਇਹਨਾਂ ਨੇ ਬਣਾਉਣੀ ਸੀ ਇੱਕ ਅਜਿਹੀ ਵੀਡੀਓ ਜਿਸ ਵਿੱਚ ਇਹਨਾਂ ਦੀ ਕੈਮਿਸਟਰੀ ਨਜ਼ਰ ਆਏ। ਤੇ ਉਸੀ ਦੌਰਾਨ ਦੇਖਿਆ ਗਿਆ ਕਿ ਸ਼ਹਿਨਾਜ਼ ਇੱਕ ਬਹੁਤ ਅੱਛੀ ਵੀਡੀਓ ਡਾਇਰੈਕਟਰ ਵੀ ਬਣ ਸਕਦੀ ਹੈ। ਤੇ ਉਸ ਦੌਰਾਨ ਇਹ ਵੀ ਦੇਖਿਆ ਗਿਆ ਕਿ ਸ਼ਹਿਨਾਜ਼ ਖੁਦ ਸਿਧਾਰਥ ਸ਼ੁਕਲਾ ਦੇ ਨਾਲ ਪਰਫਾਰਮ ਕਰ ਸਿਖਾ ਰਹੀ ਸੀ ਕਿ ਉਹਨਾਂ ਨੂੰ ਕਿੱਦਾਂ ਪਰਫਾਰਮ ਕਰਨਾ ਚਾਹੀਦਾ, ਜਿਸ ਨੂੰ ਦੇਖ ਸ਼ਾਇਦ ਦਰਸ਼ਕ ਬਹੁਤ ਖੁਸ਼ ਹੋ ਗਏ ਹੋਣੇ ਆ, ਕਿਉਂਕਿ ਕੁਝ ਦਰਸ਼ਕ ਰਸ਼ਮੀ ਦੀ ਜਗ੍ਹਾ ਸਿਧਾਰਥ ਦੇ ਨਾਲ ਸ਼ਹਿਨਾਜ਼ ਨੂੰ ਦੇਖਣਾ ਚਾਹੁੰਦੇ ਸੀ। ਸੋਸ਼ਲ ਮੀਡੀਆ ਦੇ ਉੱਤੇ ਸਿਧਾਰਥ ਦੇ ਕਨੈਕਸ਼ਨ ਨੂੰ ਲੈ ਕੇ ਲੋਕ ਬਹੁਤ ਐਕਸਾਈਟਿਡ ਸੀ, ਸ਼ਾਇਦ ਲੋਕ ਰਸ਼ਮੀ ਦੀ ਜਗ੍ਹਾ ਦੇਖਣਾ ਚਾਹੁੰਦੇ ਸੀ ਸ਼ਹਿਨਾਜ਼ ਨੂੰ। ਤੇ ਜੇਕਰ ਮਿਲਦਾ ਸ਼ਹਿਨਾਜ਼ ਨੂੰ ਮੌਕਾ ਤੇ ਫਿਰ ਰਸ਼ਮੀ ਬਣਾਉਂਦੀ ਇਹਨਾਂ ਦੀ ਵੀਡੀਓ, ਤਾਂ ਕੀ ਰਸ਼ਮੀ ਵੀ ਏਦਾਂ ਹੀ ਖੁਸ਼ ਨਜ਼ਰ ਆਉਂਦੀ ਜਿੱਦਾਂ ਸ਼ਹਿਨਾਜ਼ ਸੀ? ਕਿ ਤੁਸੀਂ ਦੇਖਣਾ ਚਾਹੁੰਦੇ ਹੋ ਸ਼ਹਿਨਾਜ਼ ਔਰ ਸਿਧਾਰਥ ਸ਼ੁਕਲਾ ਦੀ ਕੈਮਿਸਟਰੀ? ਤੁਹਾਡੀ ਕੀ ਹੈ ਇਸ ਬਾਰੇ ਚ ਰਾਏ? ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ, ਤੇ ਹੋਰ ਲੇਟੈਸਟ ਅਪਡੇਟ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ।